ਸਤਿ ਸ਼੍ਰੀ ਅਕਾਲ ਡਾਕਟਰ ਸੰਤੋਖ ਸਿੰਘ ਚੰਡੀਗੜ੍ਹ ਤੋਂ ਭਾਰ ਨਹੀਂ ਘਟਦਾ ਭਾਜੀ ਜਿਮ ਜਾਂਦੇ ਹਾਂ ਪ੍ਰੋਟੀਨ ਖਾ ਰਹੇ ਹਾਂ ਰੋਟੀਆਂ ਛੱਡਤੀਆਂ ਭਾਰ ਨਹੀਂ ਘਟ ਰਿਹਾ ਅਸੀਂ ਖਾਂਦੇ ਕੁਛ ਨਹੀਂ ਮੈਂ ਤਾਂ ਦਿਨ ਦੇ ਵਿੱਚ ਦੋ ਰੋਟੀਆਂ ਖਾਂਦੀ ਹਾਂ ਥੋੜ੍ਹੀ ਜਿਹੀ ਦਾਲ ਖਾਂਦੀ ਹਾਂ ਫੁੱਲੀ ਜਾਂਦੀ ਹਾਂ ਮੈਨੂੰ ਤਾਂ ਪਾਣੀ ਵੀ ਫਲਾਈ ਜਾਂਦਾ ਹੈ ਨਾ ਬੋਲਦੇ ਨਾ ਆਪਾਂ ਇਸ ਘਰਾਂ ਦੇ ਵਿੱਚ ਉਹ ਕੋਈ ਫਾਇਦਾ ਨਹੀਂ ਹੈ ਭੈਣ ਜੀ ਘੁੰਮ ਕੇ ਬਾਗ ਦੇ ਵਿੱਚ ਭਾਰ ਨਹੀਂ ਘਟਦਾ ਹੈ ਨਾ ਇਹ ਚੀਜ਼ਾਂ ਕੋਮਨ ਸੁਣਨ ਨੂੰ ਮਿਲਦੀਆਂ ਨੇ ਇਸ ਤਰ੍ਹਾਂ ਕੁਛ ਨਹੀਂ ਹੈ ਅਤੇ ਜਿਸ ਤਰ੍ਹਾਂ ਭਾਰ ਕੱਢਣ ਦੇ ਕਈ ਪ੍ਰੋਪਰ ਕੰਸੈਪਟ ਹੁੰਦੇ ਨੇ ਮੈਂ ਕੰਸੈਪਟ ਤੁਹਾਨੂੰ ਪੰਜਾਬੀ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਅਤੇ ਇਹਨੂੰ ਅਮਲ ਕਰੋ ਅਤੇ ਅੱਜ ਮੈਂ ਗੱਲ ਕਰਦਾ ਕਿ ਭਾਰ ਸਾਡਾ ਨੋਰਮਲੀ ਕਿਉਂ ਨਹੀਂ ਘਟਦਾ ਜਿਹੜੇ ਜ਼ਿਆਦਾ ਮੋਟੇ ਨੇ ਉਹ ਕਿਉਂ ਨਹੀਂ ਉਹ ਮੋਟੇ ਪਤਲੇ ਹੋ ਪਾਉਂਦੇ ਉਹਨਾਂ ਦੇ ਘਰ ਦੇ ਵਿੱਚ ਕਿਸੇ ਨਾ ਕਿਸੇ ਜੀ ਨੂੰ ਸ਼ੂਗਰ ਪੇਸ਼ੈਂਟ ਹੁੰਦੇ ਹੈ ਜਿਨ੍ਹਾਂ ਦੇ ਮਾਂ ਬਾਪ ਜਾਂ ਦਾਦਾ ਦਾਦੀ ਸ਼ੂਗਰ ਦੇ ਪੇਸ਼ੈਂਟ ਹੈਗੇ ਹੈ ਉਹਨਾਂ ਦੇ ਬੱਚੇ ਜਿਨ੍ਹਾਂ ਦੇ ਮੋਟੇ ਹੈਗੇ ਹੈ ਠੀਕ ਹੈ ਜੀ ਉਹ ਬੰਦੇ ਖਾਸ ਕਰਕੇ ਉਹ ਬੰਦੇ ਦਾ ਮੈਂ ਟਾਰਗੇਟ ਕਰ ਰਿਹਾ ਕਿ ਅਗਰ ਸ਼ੂਗਰ ਨਹੀਂ ਹੈਗੀ ਖੁਸ਼ ਨਾ ਹੋਇਓ ਕਿ ਮੇਰੀ ਮੰਮੀ ਨੂੰ ਸ਼ੂਗਰ ਸੀਗੀ ਡੈਡੀ ਨੂੰ ਸ਼ੂਗਰ ਸੀ ਮੈਨੂੰ ਸ਼ੂਗਰ ਨਹੀਂ ਹੈਗੀ ਮੇਰਾ ਭਾਰ ਮੈਂ ਮਤਲਬ ਮੈਂ ਖੁਸ਼ ਹੈ ਮੈਨੂੰ ਸ਼ੂਗਰ ਮੈਨੂੰ ਟ੍ਰਾਂਸਫਰ ਨਹੀਂ ਹੋਈ ਜੈਨੇਟਿਕਸ ਦੇ ਵਿੱਚ ਭਾਜੀ ਟ੍ਰਾਂਸਫਰ ਤਾਂ ਨਹੀਂ ਹੋਈ ਤੁਹਾਨੂੰ ਕੁਛ ਹੋਰ ਟ੍ਰਾਂਸਫਰ ਹੋ ਗਿਆ ਉਹ ਹੈਗਾ ਇੰਸੂਲਿਨ ਰੈਜ਼ਿਸਟੈਂਸ ਠੀਕ ਹੈ ਇੰਸੂਲਿਨ ਰੈਜ਼ਿਸਟੈਂਸ ਤੁਹਾਨੂੰ ਟ੍ਰਾਂਸਫਰ ਹੋ ਗਿਆ ਕਿ ਤੁਹਾਡਾ ਇੰਸੂਲਿਨ ਤੁਹਾਡੀ ਬੋਡੀ ਦੇ ਵਿੱਚ ਤੁਹਾਡੀ ਬੋਡੀ ਅਸੈਪਟ ਨਹੀਂ ਕਰਦੀ ਜਿਹੜੀ ਤੁਹਾਡੀ ਇੰਸੂਲਿਨ ਨਿਕਲਦੀ ਹੈ ਸਰੀਰ ਦੇ ਵਿੱਚ ਇਹ ਵਿਚਰਦੀ ਹੈ ਤੁਹਾਡੇ ਖੂਨ ਦੇ ਵਿੱਚ ਤੁਹਾਡੀ ਬੋਡੀ ਉਹਨੂੰ ਅਸੈਪਟ ਨਹੀਂ ਕਰਦੀ ਤੁਹਾਡਾ ਸੈੱਲ ਉਹਨੂੰ ਅਸੈਪਟ ਨਹੀਂ ਕਰਦਾ ਅਤੇ ਇਸ ਕਰਕੇ ਅਤੇ ਉਹ ਤੁਸੀਂ ਮੋਟੇ ਹੋ ਰਹੇ ਹੋ ਅਗਰ ਤੁਸੀਂ ਨੋਰਮਲ ਬੱਚਿਆਂ ਵਾਂਗੂ ਬੱਚੇ ਹੈਗੇ ਮਿੱਠਾ ਖਾਂਦੇ ਹੈ ਜਿਨ੍ਹਾਂ ਨੂੰ ਇੰਸੂਲਿਨ ਰੈਜ਼ਿਸਟੈਂਸ ਦਾ ਕੇਸ ਹੈਗਾ ਉਹ ਮਿੱਠਾ ਖਾ ਕੇ ਵਾਰ ਵਾਰ ਮਿੱਠਾ ਖਾ ਕੇ ਵਾਰ ਵਾਰ ਇੰਸੂਲਿਨ ਨਿਕਲੇਗੀ ਵਾਰ ਵਾਰ ਇੰਸੂਲਿਨ ਨਿਕਲੇਗੀ ਅਤੇ ਉਹਦੇ ਕਰਕੇ ਉਹ ਜਿਹੜਾ ਇੰਸੂਲਿਨ ਜਿਹੜੀ ਹੈਗੀ ਹੈ ਉਹ ਵੱਧ ਜਾਂਦੀ ਹੈ ਸਰੀਰ ਦੇ ਵਿੱਚ ਠੀਕ ਹੈ ਜੀ ਅਤੇ ਉਹਦਾ ਜਿਹੜਾ ਸਾਡੇ ਸਰੀਰ ਦੇ ਵਿੱਚ ਇਸ ਤਰ੍ਹਾਂ ਚੱਲਦਾ ਕ੍ਰਿਕਟ ਮੈਚ ਚੱਲਦਾ ਸਟੇਡੀਅਮ ਦੇ ਵਿੱਚ ਅਸੀਂ ਲੋਕ ਅੱਜ ਕੱਲ੍ਹ ਤਾਂ ਖੈਰ ਕਰੋਨਾ ਕਾਲ ਆ ਗਿਆ ਕ੍ਰਿਕਟ ਮੈਚ ਹੀ ਬੰਦ ਹੋ ਗਏ ਜਿਹਦਾ IPL ਸ਼ੁਰੂ ਹੋ ਜਾਂਦਾ ਅਤੇ ਕ੍ਰਿਕਟ ਮੈਚ ਚੱਲਦਾ ਸਕੋਰ ਆਉਂਦਾ ਇਸ ਤਰ੍ਹਾਂ ਸਾਡੇ ਬੋਡੀ ਵਿੱਚ ਵੀ ਕ੍ਰਿਕਟ ਮੈਚ ਚੱਲਦਾ ਪਿਆ ਫੈਟ ਦਾ ਕ੍ਰਿਕਟ ਮੈਚ ਚੱਲ ਰਿਹਾ ਸਾਡੀ ਬੋਡੀ ਦੇ ਵਿੱਚ ਉਹਨੂੰ ਉਹਦਾ ਸਕੋਰ ਕਹਿੰਦੇ ਹੈ ਹੋਮਾ ਸਕੋਰ HOMASCORE ਮਾਰੋ ਨੈਟ ਸਰਚ ਹੁਣੇ ਪਤਾ ਲੱਗੇਗਾ ਕਿ ਕ੍ਰਿਕਟ ਦਾ ਜਿਹੜਾ ਸਕੋਰ ਹੈਗਾ ਉਹ ਅਲੱਗ ਹੈ ਅਤੇ ਫੈਟ ਸਕੋਰ ਇਜ਼ ਕਾਲਡ ਹੋਮਾ ਸਕੋਰ ਹੋਮਾ ਸਕੋਰ ਵਿੱਚ ਕੀ ਹੁੰਦਾ ਹੈ ਕਿ ਸਾਡੀ ਲੈਵਲ ਆਫ ਇੰਸੂਲਿਨ ਐਂਡ ਲੈਵਲ ਆਫ ਸ਼ੂਗਰ ਦਾ ਤਾਲਮੇਲ ਦੇ ਨਾਲ ਉਹਦਾ ਕੀ ਸਾਡੀ ਬੋਡੀ 'ਤੇ ਡਿਫੈਕਟ ਪੈਂਦਾ ਉਹਦਾ ਇੱਕ ਸਕੋਰ ਬਣਦਾ ਜਾਂ 3 ਆਉਣਾ ਚਾਹੀਦਾ 3 ਤੋਂ ਉੱਪਰ ਆ ਗਿਆ ਤਾਂ ਉਹ ਗੜਬੜ ਹੁੰਦੀ ਹੈ ਫਾਸਟਿੰਗ ਲੈਵਲ ਚੈੱਕ ਕਰਾਓ PP ਖਾਣਾ ਖਾਣ ਤੋਂ ਬਾਅਦ ਵੀ ਚੈੱਕ ਕਰਾਓ ਇਕੱਲਾ ਫਾਸਟਿੰਗ ਚੈੱਕ ਨਹੀਂ ਕਰਾਉਣਾ ਖਾਣਾ ਖਾਣ ਤੋਂ 1.5 ਘੰਟੇ ਬਾਅਦ ਵੀ ਚੈੱਕ ਕਰਾਉਣਾ ਹੈ ਹੋਮਾ ਸਕੋਰ ਡਿਫਰੈਂਟ ਡਿਫਰੈਂਟ ਟਾਈਮ 'ਤੇ ਡਿਫਰੈਂਟ ਡਿਫਰੈਂਟ ਹੁੰਦਾ ਹੈ ਠੀਕ ਹੈ ਜਿਨ੍ਹਾਂ ਦਾ ਭਾਰ ਨਹੀਂ ਘੱਟ ਰਿਹਾ ਮੈਂ ਉਹਨਾਂ ਦੀ ਗੱਲ ਕਰ ਰਿਹਾ ਇਸ ਟਾਈਮ ਜਿਨ੍ਹਾਂ ਨੂੰ ਸ਼ੂਗਰ ਜਿਨ੍ਹਾਂ ਦੇ ਪੇਰੈਂਟਸ ਨੂੰ ਸ਼ੂਗਰ ਹੈਗੀ ਹੈ ਅਤੇ ਮੋਟੇ ਹੋ ਗਏ ਨੇ ਬੱਚੇ ਜਿਨ੍ਹਾਂ ਦਾ ਭਾਰ ਵੱਧ ਗਿਆ ਪਰ ਸ਼ੂਗਰ ਹੈ ਨਹੀਂ ਹੈ ਉਹ ਵੀ ਚੈੱਕ ਕਰਾਉਣ ਉਹ ਅਗਰ ਡਾਇਟ ਨਹੀਂ ਲੈਣਗੇ ਪ੍ਰੋਪਰ ਤਾਂ ਉਹਨਾਂ ਦਾ ਭਾਰ ਵਧੀ ਜਾਏਗਾ ਠੀਕ ਹੈ ਜੀ ਇਹ ਹੋਮਾ ਸਕੋਰ ਤੋਂ ਮੈਂ ਦੱਸਿਆ ਇਹ ਚੈੱਕ ਕਰਾਓ ਜਾਂ ਤੁਸੀਂ ਜਿਸ ਤਰ੍ਹਾਂ ਵੀ ਇਹਨੂੰ ਡੀਲ ਤੁਹਾਡਾ ਡਾਇਟਿਸ਼ ਜਿੱਥੇ ਵੀ ਰਹਿੰਦੇ ਹੋ ਆਪਣੇ ਡਾਕਟਰ ਨਾਲ ਗੱਲ ਕਰੋ ਉਹਨੂੰ ਦੱਸੋ ਕਿ ਮੇਰਾ ਵੀ ਆਹ ਚੀਜ਼ ਹੈਗੀ ਹੈ ਆਹ ਦੇਖੋ ਮੇਰੀ ਡਾਇਟ ਪਲਾਨ ਕਰੋ ਉਸ ਅਕੋਰਡਿੰਗਲੀ ਠੀਕ ਹੈ ਜੀ ਅਤੇ ਇਹ ਹੁੰਦਾ ਕੀ ਹੈ ਬੇਸਿਕਲੀ ਹੋਮਾ ਸਕੋਰ ਜ਼ਿਆਦਾ ਆਏਗਾ ਤਾਂ ਹੋਏਗਾ ਕੀ ਹੋਮਾ ਸਕੋਰ ਦਾ ਮਤਲਬ ਇਹ ਹੁੰਦਾ ਹੈ ਕਿ ਜਿੰਨੀ ਤੁਹਾਡੀ ਸ਼ੂਗਰ 100 ਨਿਕਲਦੀ ਹੈ ਸਪੋਜ਼ ਤੁਹਾਡੀ ਸ਼ੂਗਰ 100 ਆਉਂਦੀ ਖੁਸ਼ ਹੋ ਜਾਂਦੇ ਹੋ ਨਾ ਉਹ 100 ਨਿਕਲਣ ਵਾਸਤੇ ਸਾਨੂੰ ਇੰਸੂਲਿਨ ਚਾਹੀਦੀ ਹੈ 25 ਜਾਂ 26 ਠੀਕ ਹੈ ਜੀ ਅਗਰ ਉਹ 100 ਸ਼ੂਗਰ ਵਾਸਤੇ ਸਾਨੂੰ ਇੰਸੂਲਿਨ ਮਿਲ ਰਹੀ ਹੈ 50 ਸਾਨੂੰ ਚਾਹੀਦੀ ਹੈ ਲੋੜ ਜ਼ਿਆਦਾ ਪੈ ਰਹੀ ਹੈ ਇੰਸੂਲਿਨ ਦੀ ਸ਼ੂਗਰ ਸਾਡੀ ਠੀਕ ਹੈ ਅਸੀਂ ਖੁਸ਼ ਹੋ ਜਾਂਦੇ ਹਾਂ ਬਾਈ HbA1c ਠੀਕ ਆ ਗਿਆ ਅਸੀਂ ਸਾਡੀ ਸਾਰੀ ਸ਼ੂਗਰ ਵੈਲਿਊ ਠੀਕ ਹੈ ਅਸੀਂ ਤਾਂ ਬਿਲਕੁਲ ਓਕੇ ਹੈ ਸਾਨੂੰ ਸ਼ੂਗਰ ਹੈ ਨਹੀਂ ਬਟ ਯੂ ਵਿਲ ਲੀਡ ਟੂ ਓਬੇਸਿਟੀ ਓਬੇਸਿਟੀ ਹੋਣ ਤੋਂ ਬਾਅਦ ਤੁਹਾਨੂੰ ਫਿਰ ਦੁਬਾਰਾ ਸ਼ੂਗਰ ਹੋ ਜਾਏਗੀ 50 ਸਾਲ ਦੇ ਵਿੱਚ ਜਾ ਕੇ ਮੋਟੇ ਤੁਸੀਂ ਪਹਿਲੇ ਹੋ ਜਾਓਗੇ ਓਬੇਸਿਟੀ ਵਿੱਚ ਤੁਹਾਨੂੰ ਜਾ ਕੇ ਓਬੇਸਿਟੀ ਹੋ ਜਾਏਗੀ ਗੋਡੇ ਖਰਾਬ ਹੋ ਜਾਣਗੇ ਲੰਬਾ ਚੱਕਰ ਪੈ ਜਾਏਗਾ ਛੋਟੀ ਉਮਰ ਦੇ ਵਿੱਚ ਹੀ ਜਿਹਨਾਂ ਦਾ ਭਾਰ ਵੱਧ ਰਿਹਾ ਹੋਮਾ ਸਕੋਰ ਚੈੱਕ ਕਰਾਉਣ ਅਤੇ ਉਹਦੇ ਨਾਲ ਇੰਸੂਲਿਨ ਲੈਵਲ ਚੈੱਕ ਕਰਾਉਣ ਇੰਸੂਲਿਨ ਨੂੰ ਅਗਰ ਲੈਵਲ ਹਾਈ ਆਉਂਦਾ ਅਤੇ ਉਹ ਫਿਰ ਮਿਲ ਸਕਦੇ ਹੋ ਮੈਨੂੰ ਜਾਂ ਆਪਣੇ ਕਿਸੇ ਡਾਕਟਰ ਨੂੰ ਮਿਲ ਸਕਦੇ ਹੋ ਠੀਕ ਹੈ ਜੀ ਉਹਦੀ ਡਾਇਟ ਕਿਸ ਤਰ੍ਹਾਂ ਪਲੈਨ ਹੁੰਦੀ ਹੈ ਉਹ ਪ੍ਰੋਫੈਸ਼ਨਲ ਡਾਇਟ ਹੁੰਦੀ ਹੈ ਉਹ ਅਸੀਂ ਉਹਦੇ ਵਿੱਚ ਕਾਰਬਸ ਨੂੰ ਰਿਸਟ੍ਰਿਕਟ ਕਰਦੇ ਹਾਂ ਕਾਰਬਸ ਨੂੰ ਰਿਸਟ੍ਰਿਕਟ ਘਟਾਉਂਦੇ ਨਹੀਂ ਆ ਕਾਰਬਸ ਖਤਮ ਨਹੀਂ ਕਰਦੇ ਅਸੀਂ ਕਾਰਬਸ ਨੂੰ ਕੰਪਲੈਕਸ ਫਾਰਮ 'ਚ ਦਿੰਦੇ ਹਾਂ ਉਹ ਇੱਕ ਪ੍ਰੋਫੈਸ਼ਨਲ ਡਾਇਟ ਹੈਗੀ ਹੈ
अगर तुम नहीं की डेडे तो तैयार कर लो, तैयारी कर लो मोटापे की, मोटे होंगे जाओगे, गोडे बदल जाने, भार तो गोडे से ही पैना वही उम्र जाके गोडे भार गोडे से पैना, गोडे थोड़े बदले जाने हैं तो तुर पाना नहीं है, हो मोटे होंगे जाओगे अल्टीमेटली शिकंजे फस जाओगे। तो इस चीज़ को चैक करने वास्ते, इस ओबिसिटी चैक करने वास्ते एक तो मैं समझाता है जिस तरह क्रिकेट स्कोर होंगे उस तरह एक होमा स्कोर होंगे, तो होमा स्कोर चैक कराओ तो अपना इलाज कराओ मोटापे का। ओके जी, सत श्री अकाल।